ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਲਈ ਬੜੀ ਜ਼ਰੂਰੀ ਹੈ ਜਿਨ੍ਹਾਂ ਨੇ ਚੰਡੀਗੜ੍ਹ ਪੀਜੀਟੀ ਦੀ ਜਿਹੜੀਆਂ ਪੋਸਟ ਸੀਗੀਆਂ ਉਹ ਫਿਲ ਕੀਤੀਆਂ ਸੀਗੀਆਂ। ਇਸ ਦੇ ਵਿੱਚ ਆਪਾਂ ਸਿਲੇਬਸ ਦੇ ਬਾਰੇ ਗੱਲ ਕਰਾਂਗੇ। ਸਾਰੇ ਮੈਨੂੰ ਕਈ ਜਣੇ ਮੈਸੇਜ ਕਰਦੇ ਸੀਗੇ ਕਿ ਸਿਲੇਬਸ ਕੀ ਹੋਏਗਾ, ਸੋ ਸਿਲੇਬਸ ਜਿਹੜੀ ਇੰਪੋਰਟੈਂਟ ਚੀਜ਼ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ, ਕਿਉਂਕਿ ਉਹ ਅਫੀਸ਼ਲੀ ਜਿਹੜਾ ਉਹਨਾਂ ਨੇ ਅਪਲੋਡ ਕਰ ਦਿੱਤਾ ਹੋਇਆ ਸਾਈਟ 'ਤੇ। ਮੇਨ ਆਪਾਂ ਪੰਜਾਬੀ ਸਿਲੇਬਸ ਦੇ ਬਾਰੇ ਗੱਲ ਕਰਾਂਗੇ, ਠੀਕ ਹੈ। ਔਰ ਮੈਂ ਤੁਹਾਨੂੰ ਦੱਸਾਂਗਾ ਵੀ ਕਿ ਜਿਨ੍ਹਾਂ ਨੇ ਬਾਕੀ ਸਬਜੈਕਟਸ ਦੇ ਵਿੱਚ ਫਿਲ ਕੀਤਾ ਆ ਉਹ ਕਿਹੜੇ ਕਿਹੜੇ ਜਿਹੜੇ ਆ ਉਹਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਆ, ਟੌਪਿਕਸ ਕੀ ਆ, ਸਾਰਾ ਸਿਲੇਬਸ ਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਆਪਾਂ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦੇਣਾ ਕਿ ਪੰਜਾਬੀ ਸਿਲੇਬਸ ਕੀ ਆ, ਠੀਕ ਹੈ। ਤਾਂ ਪੰਜਾਬੀ ਸਿਲੇਬਸ ਲਈ ਤੁਸੀਂ ਦੇਖ ਸਕਦੇ ਆ, ਇਹਦੇ ਵਿੱਚ ਜਿਹੜਾ ਪੰਜਾਬੀ ਦਾ ਸਿਲੇਬਸ ਆ, ਠੀਕ ਹੈ, ਇਹਦੇ ਵਿੱਚ ਦੇਖੋ ਭਾਗ ਪਹਿਲਾ ਪੰਜਾਬੀ ਭਾਸ਼ਾ, ਭਾਸ਼ਾ ਵਿਗਿਆਨ, ਸਰੂਪ, ਪ੍ਰਵਿਰਤੀਆਂ, ਹੈ ਨਾ। ਇਹ ਸਿਲੇਬਸ ਜਿਹੜਾ ਆ ਪੰਜਾਬੀ ਦਾ, ਇਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਪਾ ਦਾਂਗਾ, ਉੱਥੋਂ ਤੁਸੀਂ ਈਜ਼ਲੀ ਡਾਊਨਲੋਡ ਵੀ ਕਰ ਸਕਦੇ ਹੋ, ਠੀਕ ਹੈ ਜੀ। ਇਹਦੇ ਵਿੱਚ ਪੰਜਾਬੀ ਭਾਸ਼ਾ ਦੀ ਉਤਪਤੀ, ਵਿਕਾਸ ਦੇ ਪੜਾਅ, ਕਾਫੀ ਸਿਲੇਬਸ ਸੇਮ ਹੈ ਜੋ ਜੋ ਪੰਜਾਬ ਲੈਕਚਰਾਰ ਪੋਸਟ 'ਚ ਹੁੰਦਾ ਹੈ, ਠੀਕ ਹੈ। ਪੰਜਾਬੀ ਧੁਨੀ ਵਿਗਿਆਨ ਆ, ਦੇਖੋ ਰੂਪ ਵਿਗਿਆਨ, ਅਰਥ ਵਿਗਿਆਨ, ਵਾਕ ਵਿਗਿਆਨ, ਠੀਕ ਹੈ, ਗੁਰਮੁਖੀ ਲਿਪੀ ਆ, ਸਾਹਿਤ ਦੀ ਇਤਿਹਾਸਕਾਰੀ ਆ, ਠੀਕ ਹੈ, ਮੱਧਕਾਲੀ ਸਾਹਿਤ ਦਾ ਸਮੀਖਿਕ ਅਧਿਐਨ, ਠੀਕ ਹੈ, ਰਹੱਸਵਾਦ, ਰੋਮਾਂਸਵਾਦ, ਇਤਿਹਾਸ ਤੁਸੀਂ ਸਾਰਾ ਦੇਖ ਸਕਦੇ ਹੋ ਇਹਦੇ ਵਿੱਚ। ਭਾਗ ਤੀਜੇ 'ਚ ਪੰਜਾਬੀ ਲੋਕ ਸਾਹਿਤ ਆ, ਠੀਕ ਹੈ, ਇਹਦੇ ਵਿੱਚ ਲੋਕ ਸਾਹਿਤ, ਗੀਤ, ਲੋਕ ਕਾਵਿ, ਲੋਕ ਕਥਾਵਾਂ, ਮਿੱਥ ਦੰਤ ਪਰਿਕਥਾਵਾਂ, ਇਹ ਸਾਰੀਆਂ ਚੀਜ਼ਾਂ ਆ। ਭਾਗ ਚੌਥੇ ਵਿੱਚ ਪੰਜਾਬੀ ਲੋਕ ਯਾਨ ਸੱਭਿਆਚਾਰ, ਲੋਕ ਸੰਗੀਤ, ਲੋਕ ਨਾਟ, ਲੋਕ ਖੇਡਾਂ, ਠੀਕ ਹੈ, ਇਹ ਸਾਰਾ ਕੁਛ ਆ। ਭਾਗ ਪੰਜਵੇਂ ਦੇ ਵਿੱਚ ਹੈਗਾ ਆ ਜੀ ਪੰਜਾਬੀ ਸੂਫੀ ਕਾਵਿ, ਜਿਸ ਦੇ ਵਿੱਚ ਇਹਦੇ ਵਿੱਚ ਚਾਰ ਜਿਹੜੇ ਸੂਫੀ ਕਵੀ ਆ, ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਫਰੀਦ। ਉਸ ਤੋਂ ਬਾਅਦ ਭਾਗ ਛੇਵਾਂ ਆ ਜੀ, ਜਿਹਦੇ ਵਿੱਚ ਆਪਣੇ ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਸਾਰੀਆਂ, ਠੀਕ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ, ਠੀਕ ਹੈ, ਗੁਰੂ ਅਰਜਨ ਦੇਵ ਜੀ ਤੋਂ ਬਾਅਦ ਨੌਵੇਂ ਪਾਤਸ਼ਾਹ ਤੇਗ ਬਹਾਦਰ ਜੀ ਤੱਕ। ਔਰ ਪੰਜਾਬੀ ਭਗਤ ਕਵੀ ਵੀ ਇਸ ਦੇ ਨਾਲ ਹੀ ਦੱਸੇ ਹੋਏ ਆ, ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਕਬੀਰ ਆਦਿ, ਠੀਕ ਹੈ, ਤੇ ਭਾਈ ਗੁਰਦਾਸ ਜੀ ਵਾਰਾ। ਭਾਗ ਸੱਤਵੇਂ ਦੇ ਵਿੱਚ ਹੈਗਾ ਜੀ ਦਮੋਦਰ, ਪੀਲੂ, ਵਾਰਿਸ ਸ਼ਾਹ, ਕਾਦਰਯਾਰ, ਸ਼ਾਹ ਹੁਸੈਨ, ਠੀਕ ਹੈ, ਪੰਜਾਬੀ ਕਿੱਸਾ। ਔਰ ਵਾਰਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ, ਨਜਾਬਤ ਅਲੀ ਖਾਂ, ਔਰ ਪੰਜਾਬੀ ਜੰਗਨਾਮਾ ਜਿਹੜਾ ਆ ਉਹ ਸ਼ਾਹ ਮੁਹੰਮਦ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਅੱਠਵੇਂ 'ਚ ਵਾਰਤਕ, ਠੀਕ ਹੈ, ਤੁਸੀਂ ਦੇਖ ਸਕਦੇ ਹੋ ਮੁੱਖ ਵਾਰਕ ਵੀਰ ਸਿੰਘ, ਪੂਰਨ ਸਿੰਘ, ਕਪੂਰ ਸਿੰਘ, ਨਾਨਕ ਸਿੰਘ, ਇਹ ਸਾਰੇ ਜਿਹੜੇ ਹੈ ਵਾਰਤਕਾਰ ਆ। ਨੌਵੇਂ ਭਾਗ ਦੇ ਵਿੱਚ ਜਿਹੜੇ ਹੈ ਕਾਵਿ, ਪੰਜਾਬੀ ਆਧੁਨਿਕ ਪੰਜਾਬੀ ਕਾਵਿ, ਜਿਹਦੇ ਵਿੱਚ ਉਹਨਾਂ ਨੇ ਕਵੀ ਦੱਸੇ ਹੋਏ ਆ, ਜਿਵੇਂ ਕਿ ਤੁਸੀਂ ਇਹਦੇ ਵਿੱਚ ਦੇਖ ਸਕਦੇ ਹਾਂ, ਹੈ ਨਾ, ਭਾਈ ਵੀਰ ਸਿੰਘ ਤੋਂ ਲੈ ਕੇ ਸੁਰਜੀਤ ਪਾਤਰ ਜੀ ਤੱਕ ਜਿਹੜੇ ਦੱਸੇ ਹੋਏ ਆ। ਦਸਵਾਂ ਭਾਗ ਹੈਗਾ ਜੀ ਗਲਪ ਦਾ ਨਾਵਲ, ਕਹਾਣੀ, ਨਿੱਕੀ ਕਹਾਣੀ, ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਨਾਮ ਦਿੱਤੇ ਹੋਏ ਆ। 11ਵਾਂ ਭਾਗ ਹੈਗਾ ਆ ਪੰਜਾਬੀ ਨਾਟਕ, ਇਕਾਂਗੀ, ਰੰਗਮੰਚ, ਇਹਨਾਂ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਹੋਇਆ, ਤੁਸੀਂ ਦੇਖ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਮੈਨੂੰ ਅਪਲੋਡ ਕਰ ਦੇਗਾ, ਤੁਸੀਂ ਉੱਥੋਂ ਈਜ਼ੀਲੀ ਡਾਊਨਲੋਡ ਕਰ ਸਕਦੇ ਹੋ। ਭਾਗ 12ਵਾਂ ਪੰਜਾਬੀ ਆਲੋਚਨਾ ਦਾ ਆ, ਠੀਕ ਹੈ, ਆਲੋਚਨਾ ਦੇ ਵਿੱਚ ਜਿਹੜਾ ਆ ਪ੍ਰੋਫੈਸਰ ਕਿਸ਼ਨ ਸਿੰਘ, ਸੰਤ ਸਿੰਘ ਸੇਖੋਂ, ਹਰਭਜਨ ਸਿੰਘ, ਅਤਰ ਸਿੰਘ, ਠੀਕ ਹੈ, ਇਹ ਸਾਰੇ ਜਿਹੜੇ ਆ ਸਾਰਾ ਕੁਛ ਹੈ। ਸੋ ਤੁਸੀਂ ਦੇਖ ਸਕਦੇ ਹੋ ਪੰਜਾਬੀ ਦਾ ਸਿਲੇਬਸ, ਔਰ ਤੁਸੀਂ ਡਾਊਨਲੋਡ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚੋਂ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਬਾਕੀ ਜਿਹੜੇ ਸਿਲੇਬਸ ਉਹ ਤੁਸੀਂ ਜਿਹੜਾ ਕਿੱਥੋਂ ਤੁਸੀਂ ਦੇਖ ਸਕਦੇ ਹੋ। ਸੋ ਤੁਸੀਂ ਜਦੋਂ ਡਿਪਾਰਟਮੈਂਟ ਆਫ ਐਜੂਕੇਸ਼ਨ ਦਾ ਜਦੋਂ ਤੁਸੀਂ ਓਪਨ ਕਰੋਗੇ, ਠੀਕ ਹੈ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹਾਂ। ਇਹਦੇ ਵਿੱਚ ਜਦੋਂ ਤੁਸੀਂ ਉੱਥੇ ਨਾ ਇੱਦਾਂ ਲਿਖਿਆ ਹੋਣਾ ਸਿਲੇਬਸ ਫੋਰ ਦੀ ਪੋਸਟ ਆਫ ਪੀਜੀਟੀ ਡਾਇਰੈਕਟ ਰਿਕਰੂਟਮੈਂਟ, ਇਹਦੇ ਵਿੱਚ ਸਾਰੇ ਸਬਜੈਕਟਸ ਦੇ ਜਿਹੜੇ ਕੋ ਸਿਲੇਬਸ ਦਿੱਤੇ ਹੋਏ, ਤੁਸੀਂ ਇਹਨਾਂ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜਾ ਆ ਓਪਨ
ਹੋ ਜਾਏਗਾ, ਠੀਕ ਹੈ। ਤੇ ਤੁਸੀਂ ਸਾਈਟ ਇਹ ਦੇਖੇ ਹੋਣੀ ਹੈ, ਠੀਕ ਹੈ, ਡਿਪਾਰਟਮੈਂਟ ਆਫ ਐਜੂਕੇਸ਼ਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸਾਰਾ ਤੁਸੀਂ ਜਿਵੇਂ ਵੀ ਦੇਖ ਸਕਦੇ ਹੋ ਉਹਦੇ ਵਿੱਚ, ਠੀਕ ਹੈ। ਸੋ ਸਿਲੇਬਸ ਆ ਚੁੱਕਾ ਆ, ਉਮੀਦ ਹੈ ਕਿ ਇਹਦਾ ਪੇਪਰ ਵੀ ਜਲਦ ਹੀ ਆਏਗਾ। ਸੋ ਤੁਸੀਂ ਆਪਣੀ ਜਿਹੜੀ ਤਿਆਰੀ ਹੈ, ਆਪਣੀ ਜਿਹੜੀ ਤਿਆਰੀ ਉਸ ਨੂੰ ਜਾਰੀ ਰੱਖੋ, ਤੇ ਸੰਦੀਪ ਸਿੰਘ ਕਲਾਸਿਸ ਵੱਲੋਂ ਸਾਰਿਆਂ ਨੂੰ ਬੈਸਟ ਵਿਸ਼ਸ। ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਅਗਰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ, ਸ਼ੇਅਰ ਔਰ ਜਿਹੜਾ ਆ ਚੈਨਲ ਨੂੰ ਜ਼ਰੂਰ ਕਰਿਓ। ਤੁਹਾਡੇ ਸਾਰਿਆਂ ਦਾ ਧੰਨਵਾਦ, ਸਤਿ ਸ਼੍ਰੀ ਅਕਾਲ।